ਸਾਵਣ ਮਾਸ ਸ਼ਿਵਰਾਤਰੀ ਨੂੰ ਲੈ ਕੇ ਅੱਜ ਮੰਦਰਾਂ ਦੇ ਵਿੱਚ ਭਗਜਨ ਪਹੁੰਚ ਰਹੇ ਹੈਗੇ ਨੇ ਤਾਂ ਫਿਰੋਜ਼ਪੁਰ ਦੇ ਵਿੱਚ ਪ੍ਰਾਚੀਨ ਸ਼ਿਵਾਲਿਆ ਮੰਦਰ ਦੇ ਵਿੱਚ ਪਹੁੰਚੇ ਹੈਗੇ ਆ। ਤਸਵੀਰਾਂ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਹਾਂ ਕਿ ਅੱਜ ਸਵੇਰ ਤੋਂ ਹੀ ਜਿੱਥੇ ਮੰਦਰਾਂ ਦੇ ਵਿੱਚ ਸ਼ਰਧਾਲੂ ਪਹੁੰਚ ਰਹੇ ਹੈਗੇ ਨੇ, ਜਿੱਥੇ ਹਰਿਦੁਆਰ ਤੋਂ ਕਾਵੜੀਏ ਕਾਵੜ ਲਿਆ ਕੇ ਸ਼ਿਵਰਾਤਰੀ ਦੇ ਪਹਾੜ 'ਤੇ ਅੱਜ ਸ਼ਿਵਜੀ ਭਗਵਾਨ ਜੀ ਦੇ ਕਾਵੜ ਚੜ੍ਹਾ ਰਹੇ ਹੈਗੇ ਆ। ਤਾਂ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਹਰਿਦੁਆਰ ਤੋਂ ਜਲ ਲਿਆ ਕੇ ਇੱਥੇ ਮੰਦਰਾਂ ਦੇ ਵਿੱਚ ਸ਼ਿਵਜੀ ਭਗਵਾਨ ਜੀ ਦੇ ਜਲ ਚੜ੍ਹਾ ਰਹੇ ਹੈਗੇ ਆ। ਤਾਂ ਸ਼ਿਵਰਾਤਰੀ ਸਾਵਣ ਮਾਸ ਦੇ ਸ਼ਿਵਰਾਤਰੀ ਦੇ ਤਿਉਹਾਰ 'ਤੇ ਤੁਸੀਂ ਦੇਖ ਸਕਦੇ ਹੈਗੇ ਹੋ ਅੱਜ ਮੰਦਰਾਂ ਦੇ ਵਿੱਚ ਭਗਤ ਪਹੁੰਚੇ ਹੋਏ ਆ ਔਰ ਪੂਜਾ ਅਰਚਨਾ ਕੀਤੀ ਜਾ ਰਹੀ ਹੈਗੀ ਆ। ਤਾਂ ਪ੍ਰਾਚੀਨ ਸ਼ਿਵਾਲਿਆ ਮੰਦਰ ਦੇ ਵਿੱਚ ਮੌਜੂਦ ਹੈਗੇ ਆ। ਤਾਂ ਭਗਤ ਅੱਜ ਸਵੇਰ ਤੋਂ ਹੀ ਮੰਦਰਾਂ ਦੇ ਵਿੱਚ ਪਹੁੰਚ ਰਹੇ ਆ ਉੱਥੇ ਪੂਜਾ ਅਰਚਨਾ ਕਰਦੇ ਹੋਏ ਨਜ਼ਰ ਆ ਰਹੇ ਹੈਗੇ ਨੇ। ਤਾਂ ਇਸ ਮੌਕੇ ਅਸੀਂ ਪੰਡਿਤ ਜੀ ਨਾਲ ਵੀ ਗੱਲਬਾਤ ਕਰਾਂਗੇ ਔਰ ਸ਼ਿਵਰਾਤਰੀ ਨੂੰ ਲੈ ਕੇ ਕਿਵੇਂ ਕੀ ਹੁੰਦਾ ਉਸ ਦੇ ਬਾਰੇ ਸਾਰੀ ਗੱਲਬਾਤ ਕਰਾਂਗੇ। ਸਾਡੇ ਨਾਲ ਕਰਨ ਤ੍ਰਿਪਾਠੀ ਜੀ ਪੰਡਿਤ ਜੀ ਮੌਜੂਦ ਨੇ। ਪੰਡਿਤ ਜੀ, ਅੱਜ ਤਾਂ ਨਾਲੇ ਸ਼ਿਵਰਾਤਰੀ ਦਾ ਤਿਉਹਾਰ ਹੈ, ਸਾਵਣ ਮਾਸ ਦੀ ਸ਼ਿਵਰਾਤਰੀ ਹੈਗੀ ਹੈ, ਤਾਂ ਇਸ ਮੌਕੇ ਦੇ ਉੱਪਰ ਕੀ ਕੁਛ ਹੁੰਦਾ, ਕਿਹੜੀ ਕੀ ਪੂਜਾ ਅਰਚਨਾ ਜਿਹੜੀ ਆ ਉਹ ਕੀਤੀ ਜਾਂਦੀ ਹੈ? ਪਹਿਲਾਂ ਤਾਂ ਮੈਂ ਪੂਰੇ ਦੇਸ਼ ਵਾਸੀਆਂ ਨੂੰ, ਵਿਦੇਸ਼ ਵਾਸੀਆਂ ਨੂੰ, ਸਾਰੇ ਸਨਾਤੀਆਂ ਨੂੰ ਅੱਜ ਦੀ ਸਾਵਣ ਦੀ ਸ਼ਿਵਰਾਤਰੀ ਦੀ ਬਹੁਤ ਬਹੁਤ ਵਧਾਈ ਦਿੰਦਾ ਅਤੇ ਈਸ਼ਵਰ ਦੇ ਅੱਗੇ ਚਰਨਾਂ 'ਚ ਬੇਨਤੀ ਕਰਦਾ ਕਿ ਅਸੀਂ ਸਨਾਤਨੀ ਸਭ ਬੜੇ ਪਿਆਰ ਦੇ ਨਾਲ ਹਰ ਸਾਲ ਇਸ ਤਰ੍ਹਾਂ ਦੇ ਤਿਉਹਾਰ ਮਨਾਉਂਦੇ ਰਹੀਏ। ਅਸੀਂ ਪ੍ਰਾਰਥਨਾ ਮੈਂ ਭਗਵਾਨ ਸ਼ਿਵ ਦੇ ਚਰਨਾਂ 'ਚ ਹੈ ਔਰ ਜੋ ਇਤਿਹਾਸ ਸ਼ਾਵਣ ਮਹੀਨੇ ਦਾ ਹੈ ਕਿ ਜਿਵੇਂ ਕਿ ਹਰ ਅਸੀਂ ਮੰਨਦੇ ਕਿ ਹਰ ਮਹੀਨੇ ਹੀ ਸ਼ਿਵਰਾਤਰੀ ਆਉਂਦੀ ਹੈ ਔਰ ਦੋ ਸ਼ਿਵਰਾਤਰੀਆਂ ਸਾਡੇ ਮੁੱਖ ਮੰਨੀਆਂ ਜਾਂਦੀਆਂ ਜਿਹਨੂੰ ਅਸੀਂ ਫਾਗੁਨ ਮਾਸ ਦੀ ਮਾਸ ਸ਼ਿਵਰਾਤਰੀ ਕਹਿੰਦੇ ਹਾਂ ਔਰ ਸਾਵਣ ਮਾਸ ਦੀ ਅੱਜ ਸ਼ਿਵਰਾਤਰੀ ਅੱਜ ਹੈ। ਇਹਦਾ ਬਹੁਤ ਵੱਡਾ ਮਹੱਤਵ ਹੈ ਔਰ ਅੱਜ ਭਗਵਾਨ ਸ਼ੰਕਰ ਦਾ ਪੂਜਨ ਕਰਨ ਨਾਲ ਕਹਿੰਦੇ ਕਿ ਸਮਸਤ ਮਨੋਕਾਮਨਾ ਪੂਰਨ ਹੁੰਦੀਆਂ ਨੇ ਔਰ ਅੱਜ ਕੇਵਲ ਇਨਸਾਨ ਹੀ ਨਹੀਂ ਸਭ ਲੋਕ ਭਗਵਾਨ ਦੀ ਪੂਜਾ ਕਰਦੇ ਆ, ਪ੍ਰਕਿਰਤੀ ਵੀ ਪੂਜਨ ਕਰਦੀ ਹੈ, ਦੇਵਤਾ ਵੀ ਪੂਜਨ ਕਰਦੇ ਹੈ, ਦਾਨਵ ਵੀ ਪੂਜਾ ਕਰਦੇ ਹੈ, ਭਗਵਾਨ ਸ਼ੰਕਰ ਦੀ ਸਭ ਲੋਕ ਮਿਲ ਕੇ ਪੂਜਾ ਕਰਦੇ ਸੀ। ਤਾਂ ਅੱਜ ਇਸ ਪ੍ਰਾਚੀਨ ਸ਼ਿਵਾਲਿਆ ਮੰਦਰ ਦੇ ਵਿੱਚ ਅੱਜ 102 ਦੀਪਕ ਵੀ ਜਿਹੜੇ ਆ ਜਲਾਏ ਜਾਣੇ ਹੈਗੇ ਆ ਔਰ ਸ਼ੋਭਾ ਯਾਤਰਾ ਵੀ ਜਿਹੜੀ ਆ ਕੱਢੀ ਜਾਣੀ ਹੈ। ਜੀ ਜੀ ਬਿਲਕੁਲ ਜੀ ਬਿਲਕੁਲ, ਅੱਜ ਜਿਵੇਂ ਕਿ ਮੇਰੇ ਖਿਆਲ ਦੇਸ਼ ਵਿਦੇਸ਼ ਦੇ ਵਿੱਚ ਤਮਾਮ ਕਾਰਜਕ੍ਰਮ ਹੋਣਗੇ, ਉਹਦੇ ਵਿੱਚ ਇਸ ਸ਼ਿਵਾਲਿਆ ਮੰਦਰ ਦੇ ਵਿੱਚ ਪੂਰੇ ਸ਼ਹਿਰ ਦੇ ਸਹਿਯੋਗ ਦੇ ਨਾਲ ਔਰ ਸੰਗਤ ਦੇ ਸਹਿਯੋਗ ਦੇ ਨਾਲ ਇੱਕ ਵਿਸ਼ਾਲ ਸ਼ੋਭਾ ਯਾਤਰਾ ਨਿਕਾਲੀ ਜਾਏਗੀ ਜਿਹਦੇ ਵਿੱਚ ਜੋ ਮੁੱਖ ਮਾਰਗਾਂ ਤੋਂ ਹੁੰਦੇ ਹੋਈ ਫਿਰੋਜ਼ਪੁਰ ਸ਼ਹਿਰ ਦੇ ਮੰਦਰ 'ਚ ਚੱਲ ਕੇ ਮੰਦਰ 'ਚ ਵਿਸ਼ਰਾਮ ਲਏਗੀ ਸ਼ਾਮ ਨੂੰ ਔਰ ਜਦੋਂ ਵਿਸ਼ਰਾਮ ਹੋਣ ਤੋਂ ਬਾਅਦ ਇੱਥੇ ਮੰਦਰ ਪਹੁੰਚਣ ਤੋਂ ਬਾਅਦ 101 ਦੀਪਕ ਦੇ ਨਾਲ ਭਗਵਾਨ ਸ਼ਿਵ ਦੀ ਮਹਾਆਰਤੀ ਦਾ ਕਾਰਜਕ੍ਰਮ ਰੱਖਿਆ ਗਿਆ ਹੈ ਜਿਹਦੇ ਵਿੱਚ ਸਾਰੀ ਸੰਗਤ ਮਿਲ ਕੇ ਭਗਵਾਨ ਸ਼ਿਵ ਨੂੰ ਆਪਣੇ ਪਰਿਵਾਰ ਸਹਿਤ ਪੂਜੇਗੀ ਜੀ। ਅੱਜ ਸਵੇਰ ਤੋਂ ਹੀ ਮੰਦਰਾਂ ਦੇ ਵਿੱਚ ਕਾਵੜੀਏ ਹਰਿਦੁਆਰ ਤੋਂ ਜਲ ਲੈ ਕੇ ਆ ਰਹੇ ਹੈਗੇ ਆ ਔਰ ਕਾਵੜ ਚੜ੍ਹਾ ਰਹੇ ਹੈਗੇ ਆ ਔਰ ਸ਼ਰਧਾਲੂ ਪਹੁੰਚ ਰਹੇ। ਜੀ ਜੀ ਬਿਲਕੁਲ, ਜਿਵੇਂ ਅਸੀਂ ਦੇਖਦੇ ਹੀ ਹਾਂ ਕਿ ਕਾਵੜ ਦਾ ਮਹੱਤਵ ਬਹੁਤ ਵੱਡਾ ਹੈ ਭਗਵਾਨ ਸ਼ਿਵ ਦੇ ਪੂਜਾ ਦੇ ਵਿੱਚ ਔਰ ਭਗਵਾਨ ਸ਼ਿਵ ਨੂੰ ਮਾਂ ਗੰਗਾ ਬਹੁਤ ਪ੍ਰਿਯ ਹੈ, ਇਸ ਕਰਕੇ ਅੱਜ ਤੋਂ ਸ਼ਿਵਰਾਤਰੀ ਤੋਂ 5-7 ਦਿਨ ਪਹਿਲਾਂ ਲੋਕ ਆਪਣੇ ਆਪਣੇ ਸਥਾਨ ਤੋਂ ਚੱਲ ਕੇ ਜਲ ਭਰਨ ਵਾਸਤੇ, ਗੰਗਾ ਜਲ ਭਰਨ ਵਾਸਤੇ ਹਰਿਦੁਆਰ ਪਹੁੰਚਦੇ ਹੈ ਔਰ ਉੱਥੋਂ ਜਲ ਲੈ ਕੇ ਅਲੱਗ ਅਲੱਗ ਰੂਪ ਦੇ ਵਿੱਚ ਕੋਈ ਡਾਂਗ ਕਵਰ ਲੈ ਕੇ ਆਉਂਦਾ ਹੈ, ਕੋਈ ਝੂਲਾ ਕਵਰ ਲੈ ਕੇ ਆਉਂਦਾ ਹੈ ਔਰ ਜਿੱਥੇ ਇੱਥੇ ਵੱਸਦੇ ਹੈ ਮੰਦਰ ਵਿੱਚ ਚੜ੍ਹਾਉਂਦੇ ਹੈ। ਪ੍ਰਾਚੀਨ ਸ਼੍ਰੀ ਸ਼ਿਵਾਲਾ ਮੰਦਰ ਦੇ ਵਿੱਚ ਵੀ ਅੱਜ ਸੁਬਾਹ ਕਾਵੜੀਆਂ ਦਾ ਨਾਂ ਲੱਗਾ ਹੋਇਆ ਹੈ ਔਰ ਅਲੱਗ ਤਰ੍ਹਾਂ ਦੇ ਜਿਵੇਂ ਦੱਸਿਆ ਹੈ ਕਿ ਕਾਵੜ, ਝੂਲਾ ਕਾਵੜ, ਡਾਂਗ ਕਵੜ, ਇਸ ਤਰ੍ਹਾਂ ਕਾਵੜ ਭਗਵਾਨ ਸ਼ਿਵ ਨੂੰ ਅਰਪਣ ਹੋ ਰਹੀਆਂ ਹਨ। ਤਾਂ ਬਿਲਕੁਲ, ਅੱਜ ਸਵੇਰ ਤੋਂ ਹੀ ਮੰਦਰਾਂ ਦੇ ਵਿੱਚ ਭਗਤਜਨ ਪਹੁੰਚ ਰਹੇ ਹੈਗੇ ਆ ਔਰ ਸਾਵਣ ਦੇ ਮਹੀਨੇ ਦੀ ਸ਼ਿਵਰਾਤਰੀ ਦੇ ਮੌਕੇ 'ਤੇ ਪੂਜਾ ਅਰਚਨਾ ਕਰਦੇ ਹੋਏ ਨਜ਼ਰ ਆ ਰਹੇ ਆ।
ਕੈਮਰਾ ਪਰਸਨ ਰੋਹਿਤ ਦੇ ਨਾਲ ਸਨੀ ਚੋਪੜਾ, ਜਗਬਾਣੀ ਟੀਵੀ, ਫਿਰੋਜ਼ਪੁਰ।